जनहितैषी जन जन की बात जनहितैषी के साथ। पिंड चननवाल होया पुलिस छावनी विच तब्दील। पिंड दे मौजूदा कांग्रेसी सरपंच वालों भाजपा च शामिल होण दा पिंड दे लोकां ने सरपंच नाल तोड़िया नाता। पंचायती घर नूं लगाया जिंदरा। बीते कल चंडीगढ़ विखे भारतीय जनता पार्टी के दफ्तर विच जिला बरनाला दे कुछ व्यक्ति शामिल होए सन, जिन्हां विच पिंड चननवाला दे सरपंच बूटा सिंह अते उसके साथियों ने भी भाजपा का दामन फड़िया सी। उक्त व्यक्तियों के भाजपा विच शामिल होण दे रोस वजों अज पिंड चननवाला दे गुरुद्वारा साहिब विखे किसान जथेबंदियां अते पिंड दे मुहतबर आगुआं दी अगवाई विच एक वड्डा इकट्ठ करके उक्त सरपंच बूटा सिंह अते उन्हां दे नाल शामिल होण वाले व्यक्तियों का समाजिक बाइकट करके उन्होंने किसी भी तरह का राबता ना रखन का सर्वसति मता पास किया गया। इस मौके इकट्ठे हुए लोगों ने कहा कि उक्त व्यक्तियों किसी भी तरह का लेन देन नहीं रखा जाएगा। उन्होंने भाजपा भी चले जाने जिथे किसान भाईचारे वालों लड़े जा रहे संघर्ष ना लगी है उत्थे ही पिंड चननवाला की बेजती का कारण बनने हैं। इस मौके जिला बरनाला की पुलिस पार्टी वालों पिंड पुलिस छावनी में तब्दील कर दिता। इस मौके हुण 6 पंचायती मैंबर ने पंचायत नालों अपने आप को वख करदिया बूटा सिंह दे सरपंची का अहुदा वापस लै लैण की अपील की, जिसके इकट्ठ से सहमति करदिया आउंदे दिनां विच कांग्रेसी कार्रवाई करन की सहमति बनाई। इस मौके भाजपा च गए एक व्यक्ति बहादुर सिंह दे पुत्रा अते जगरूप सिंह की पत्नी जरनैल कौर ने भरे इकट्ठ च आके मुआफ़ी मंगदिया किसानां अते पिंड दे लोकां नाल खड़न का ऐलान किया। इस मौके पिंड वासियों ने पूरे पिंड विच मार्च करके पंचायती घर नूं जिंदा लगा दिता। इस मौके भाजपा च गए सरपंच बूटा सिंह अते दो मैंबर गायब हो गए। ਸਾਡੇ ਪਿੰਡ ਦੇ ਵਿੱਚੋਂ ਸਰਪੰਚ ਸਾਹਿਬ ਮੌਜੂਦਾ ਸੀ ਜਿਹੜੇ, ਅਤੇ 3 ਮੈਂਬਰ ਸਾਹਿਬਾਨ ਅਤੇ ਹੋਰ 6-7 ਮੈਂਬਰ ਹੋਰ ਸੀ। ਕੁੱਲ 10 ਜਾਣੇ ਸਾਡੇ ਵਿੱਚੋਂ ਜਾ ਕੇ ਕਿਸੇ ਪੈਲਸ ਦੇ ਵਿੱਚ ਚੰਡੀਗੜ੍ਹ ਗਏ ਨੇ ਉਹ, ਅਤੇ ਜਾ ਕੇ ਉਹਨਾਂ ਨੂੰ BJP ਨੇ ਆਪਦੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ, ਅਤੇ ਨਾਲੇ ਉਹ ਦਿੱਤੇ ਨੇ ਸਰੋਪੇ ਜਿਹੜੇ ਗਲਾਂ ਦੇ ਵਿੱਚ ਉਹਨਾਂ ਦੇ ਪਾ ਕੇ, ਅਤੇ ਕੁਛ ਬੰਦਿਆਂ ਨੂੰ ਲਾਲਚ ਦੇ ਕੇ ਲੈ ਕੇ ਗਏ ਨੇ 1000-1000 ਰੁਪਈਆ ਦਿਹਾੜੀ 'ਤੇ, ਕਿਵੇਂ ਵੀ ਲੈ ਕੇ ਗਏ ਨੇ ਪਤਾ ਨਹੀਂ ਕੌਣ ਲੈ ਕੇ ਗਿਆ, ਪਰ ਅਸੀਂ ਉਹਨਾਂ ਨੂੰ ਨਗਰ ਨਿਵਾਸੀਆਂ ਵੱਲੋਂ ਕੱਲ੍ਹ ਉਹਨਾਂ ਨੂੰ ਬੇਨਤੀ ਵੀ ਕਰੀ ਸੀ, ਫੋਨ ਲਾ ਕੇ ਵੀ ਕਰਿਆ, ਪ੍ਰਸ਼ਾਸਨ ਨੇ ਵੀ ਬਹੁਤ ਮਿਹਨਤਾਂ ਕੀਤੀਆਂ, ਵਾਰ ਵਾਰ ਪਿੰਡ ਦੇ ਗੁਰੂ ਘਰ ਤੋਂ ਅਸੀਂ ਅਨਾਊਂਸਮੈਂਟਾਂ ਵੀ ਕੀਤੀਆਂ, ਭਾਈ ਆ ਕੇ ਤੁਸੀਂ ਗਲਤੀ ਮੰਨ ਲਓ, ਕਿਉਂਕਿ BJP ਸਾਡੀ ਦੁਸ਼ਮਣ ਜਮਾਤ ਆ, ਸਾਡੇ ਕਿਸਾਨਾਂ ਦਾ 3 ਮਾਰੇ ਕਾਲੇ ਕਾਨੂੰਨ ਲੈ ਕੇ ਆਏ ਨੇ ਜਿਹੜੇ ਇਹ ਮਾਰੂ, ਇਹਨਾਂ ਦੇ ਨਾਲ ਸਾਡਾ ਸੰਘਰਸ਼ ਚੱਲ ਰਿਹਾ। ਸਾਡੇ ਨਗਰ ਦੇ ਵਿੱਚੋਂ ਹਰ ਸਮੇਂ ਸੇਵਾਦਾਰ ਵਲੰਟੀਅਰ ਕਿਸਾਨ ਵੀਰ ਉੱਥੇ ਬਾਰੀ ਨਾਲ ਜਾਂਦੇ ਨੇ, ਅਤੇ ਇੱਕ ਸਾਡੇ ਕਿਸਾਨ ਵੀਰ ਸਰਦਾਰ ਜਸਮੇਲ ਸਿੰਘ ਉੱਥੇ ਸ਼ਹੀਦ ਵੀ ਹੋ ਚੁੱਕੇ ਨੇ। ਬਹੁਤ ਅਸੀਂ ਨੁਕਸਾਨ ਇਸ ਚੀਜ਼ ਦੇ ਨਾਲ ਝੱਲ ਰਹੇ ਹਾਂ, ਪਰ ਸਾਨੂੰ ਬਹੁਤ ਨਮੋਸ਼ੀ ਹੋਈ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੀ ਪੰਚਾਇਤ ਦੇ ਮੋਹਤਵਾਰ ਬੰਦੇ ਸਰਪੰਚ ਸਾਹਿਬਾਨ ਖੁਦ ਜਾ ਕੇ, ਉਹ ਇੱਕ ਨਾਲ ਗਰੇਵਾਲ ਵੀ ਖੜ੍ਹਾ ਧਨੌਲੇ ਵਾਲਾ, ਜਿਹੜਾ ਸਾਡਾ ਬਿਲਕੁਲ ਵੀ ਦੁਸ਼ਮਣ ਆ, ਸਾਡਾ ਵਿਰੋਧੀ ਆ ਪੂਰਾ, ਇੱਕ ਇਹ ਕਹਿ ਲਈਏ ਵੀ ਸਿੱਖ ਪਹਿਚਾਣ ਨੂੰ ਵੀ ਉਹ ਬੰਦਾ ਕਲੰਕ ਲਾ ਰਿਹਾ, ਸਿੱਖ ਪੱਗ ਨੂੰ ਵੀ ਕਲੰਕ ਲਾ ਰਿਹਾ ਉਹ ਬੰਦਾ, ਉਹਦੇ ਕੋਲੋਂ ਜਾ ਕੇ ਮਤਲਬ ਬੰਦੇ ਸਰੋਪੇ ਲੈ ਕੇ ਆਏ ਨੇ, ਪਰ ਸਾਡੇ ਵਾਰ ਵਾਰ ਅਨਾਊਂਸ ਕਰਨ 'ਤੇ ਵੀ ਇਹ ਬੰਦੇ ਸਾਡੇ ਕੋਲ ਪਹੁੰਚੇ ਨਹੀਂ, ਅਤੇ ਜੇਕਰ ਇਹ ਬੰਦੇ ਕੋਈ ਆ ਕੇ ਮਾਫ਼ੀ ਨਗਰ ਤੋਂ ਮੰਗ ਕੇ ਮਤਲਬ ਸ਼ਾਮਿਲ ਹੋ ਸਕਦੇ ਆ ਤਾਂ ਵੱਖਰੀ ਗੱਲ ਆ, ਨਹੀਂ ਇਹਨਾਂ ਦਾ ਪੂਰਨ ਤੌਰ 'ਤੇ ਸਮਾਜਿਕ ਸਾਡੇ ਸਾਰੇ ਨਗਰ ਦੇ ਸਹਿਮਤੀ ਦੇ ਨਾਲ ਬਾਈਕਾਟ ਕੀਤਾ ਗਿਆ। ਇਹਨਾਂ ਦੇ ਨਾਲ ਬਿਲਕੁਲ ਵੀ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਅਸੀਂ, ਅਤੇ ਬਿਲਕੁਲ ਵੀ ਇਹਨਾਂ ਦੇ ਨਾਲ ਵਰਤ ਵਰਤਾਵ ਕੋਈ ਇਹਨਾਂ ਦੇ ਦੁੱਖ ਦੇ ਸੁੱਖ ਦੇ ਕੋਈ ਪਾਠੀ ਪਾਠ ਵੀ ਨਹੀਂ ਕਰੂਗਾ। ਕਿਸਾਨ ਵੀਰ ਇਹਨਾਂ ਨੂੰ ਵੱਟ ਤੱਕ ਵੀ ਚੜ੍ਹਨ ਨਹੀਂ ਦੇਣਗੇ। ਪੰਚਾਇਤ ਵੀ ਸਾਡੀ ਸਮੁੱਚੀ ਨਗਰ ਨਿਵਾਸੀਆਂ ਨੇ ਆਪਦੇ ਤੌਰ 'ਤੇ ਕਿਹਾ, ਪੰਚਾਇਤ ਵੀ ਖਾਰਜ ਕੀਤੀ ਆ, 6 ਮੈਂਬਰ ਸਾਡੇ ਨਾਲ ਨੇ, ਬਾਕੀ 3 ਮੈਂਬਰ ਅਤੇ ਮੌਜੂਦਾ ਸਰਪੰਚ ਅਸੀਂ ਖਾਰਜ ਕੀਤਾ, ਬਾਕੀ ਜਿਵੇਂ ਵੀ ਸੰਗਤ ਦਾ ਫੈਸਲਾ ਹੋਊਗਾ ਅੱਗੇ ਉਹ ਅਸੀਂ ਉਹਦੇ ਮੁਤਾਬਕ ਸਾਰੇ ਨਗਰ ਦੀ ਇੱਕ ਰਾਇ ਆ। ਮਜ਼ਦੂਰ ਵੀਰ ਵੀ ਸਾਡੇ ਨਾਲ ਨੇ ਸਾਰੇ, ਅਤੇ ਕਿਸਾਨ ਵੀਰ ਵੀ ਸਾਡੇ ਨਾਲ। ਇਹ ਸਾਡੇ ਪਿੰਡ ਦੇ ਜੀ ਮੌਜੂਦਾ ਸਰਪੰਚ ਬੂਟਾ ਸਿੰਘ, ਅਤੇ ਜੋ ਕਿ ਕੱਲ੍ਹ BJP ਦੇ ਵਿੱਚ ਸ਼ਾਮਿਲ ਹੋਇਆ, ਅਤੇ ਸਾਨੂੰ ਬਹੁਤ ਨਮੋਸੀ ਨਾਲ ਕਹਿਣਾ ਪੈਂਦਾ, ਸਾਡਾ ਦਿੱਲੀ ਜੋ ਸੰਘਰਸ਼ ਚੱਲ ਰਿਹਾ, ਅਤੇ ਸਾਡੇ ਤਕਰੀਬਨ 6 ਦੇ ਬੰਦੇ ਤਕਰੀਬਨ ਸ਼ਹੀਦ ਹੋ ਚੁੱਕੇ ਹਨ ਉੱਥੇ, ਅਤੇ ਇਹਨੇ ਸਾਡੇ ਪਿੰਡ ਬਹੁਤ ਵਧੀਆ ਪਹਿਲਾਂ ਸਾਥ ਦੇ ਰਹੇ ਕਿਸਾਨ ਦੀ ਨਾਲ, ਹੁਣ ਵੀ ਸਾਥ ਦੇ ਰਿਹਾ, ਪਰ ਇਹਨੇ ਸਾਨੂੰ ਬਹੁਤ ਹੀ ਠੇਸ ਭਾਵਨਾ ਪਹੁੰਚਾਈ। ਅਤੇ ਜੋ ਗਰੇਵਾਲ ਸੀ ਉਹਦੇ ਨਾਲ, ਕੱਲ੍ਹ ਤੁਸੀਂ ਦੇਖਿਆ ਹੋਣਗੇ ਇਹਨਾਂ ਦੀ ਫੋਟੋਆਂ ਵੀਡੀਓ, ਉਹਦੇ ਨਾਲ ਰੱਖ ਕੇ ਸਰੋਪਾ, ਪਰ ਅਸੀਂ ਤਾਂ ਸਰੋਪਾ ਵੀ ਨਹੀਂ ਕਹਿ ਰਹੇ, ਉਹਨਾਂ ਦੇ ਕੋਈ ਪਾਰਟੀ ਦਾ ਜੋ ਵੀ ਬੈਸ ਸੀ ਉਹ ਲੈ ਕੇ ਆਏ ਆ, ਅਤੇ ਅਸੀਂ ਬਹੁਤ, ਸਾਡਾ ਪਿੰਡ ਸਰਬੰਦਾ ਹੋਇਆ ਇਹਦੀ ਗੱਲਬਾਤ ਸੁਣ ਕੇ, ਅਤੇ ਅਸੀਂ ਸਮੁੱਚੇ ਤੌਰ 'ਤੇ ਪਿੰਡ ਦਾ ਇਕੱਠ ਰੱਖਿਆ, ਅਤੇ ਇਸ ਨੂੰ ਬੁਲਾਇਆ ਵੀ ਸੀ, ਪਰ ਇਹਨੇ ਇਨਕਾਰ ਕਰਤਾ, ਇਹ ਕਹਿੰਦਾ ਮੈਂ ਉੱਧਰ ਹੀ ਜੁੜਿਆ ਵੀ ਉੱਧਰ ਹੀ ਜੁੜਿਆ ਰਹੂੰਗਾ, ਅਤੇ ਉਹ ਫੈਸਲੇ ਨੂੰ ਦੇਖ ਕੇ ਪਿੰਡ ਵੱਲੋਂ
तो समुची इकाई साढ़े दो राज्यां पार्टी तो कादियों वालों फैसला लिता गया भी यदा प्रोपर तौर पर बाईकाट किया जाए तो तीन मैंबर ये नाल सी एक तो छे बंदे होर सी कुल एक 12 जने सीगे तो 12 बंदियां दा बाईकाट किया गया तो सारे पिंड वालों किया गया तो पंचायत खारज की गई है जो अगे फैसला होगा उसमें तुरंत दस्या जाऊगा। हाँ बिच साढ़े को परिवार के मतलब एक बजुर्ग सी दो बेटे आए थे उन्होंने माफ़ी मंगी है पर पिंड वाले ने फैसला किया भी जिहड़ा बंदा मौजूदा उत्थे गया गा वह आके माफ़ी मंगे असी परिवार नूं हटना किसी ना कोई गिला सेवका नहीं असी जिहड़े बंदे खुद गए उन्हां नाल दुख प्रगट कर रहे हैं। लालच जी देखो ऐसी आप कह नहीं कुछ सकते पर कारण जे करके इन्हों पैसे का लालच भी हो सकता जी कोई टैक्ट का लालच भी दे सकते हैं बिना लालच तो जाने वाले है नहीं गए तो लालच में ही गए जी पहला कोई यह जी गलबात नहीं सी साडे नाल किसानी संघर्ष से भी जाते रहे हैं पर असी हुण वेख्या भी यह जहाँ पहला कोई गलबात हुई नहीं जी कल करी इन्होंने घटिया हाल सबका सरपंच चन्नवाल गुरजात सिंह जी जैसे एक पास किसानी संघर्ष जारी है दूजे पास ये भी कहा जाता है कि भाजपा का विरोध किया जाऊगा पर थोड़े चन्नवाल पिंड के जो मैंबर अज कल भाजपा शामिल हुए हैं किस तरह रोज देखने को मिल रहा है किस तरह लोगों ने नाराजगी है ये साढ़े पिंड की बहुत ही नमोसी है सानू बहुत दुखा जिथे पिंड साढ़ा वार्ड लैवल से मशहूर सी इस बंदिया ने साढ़े पिंड की पट्टी मेस कर दी है सानू दुख हुंदा क्योंकि साढ़े पिंड का एक किसान शहीद होया दिल्ली में संघर्ष से तो एक पासे साडी पंचायत है जिहड़ी मौजूदा बहुत लोगों ने चार नाल उन्हूं सरपंच बनाया सी जिस नाल पिंड की नुमाइंदगी दित्ती सी पर वो साडे नाल इन्ना पिठ पिछे वार कर जूगा पर इन्ना पता नहीं सी पर सानू दुख आ जिहड़ा पिंड ने उन्हां दा बाईकाट किया असीं इन्हां दा समर्थन करदे हां अते जो पिंड दा हुक्म होगा असीं उन्हां दे नाल माफ़ी मंगी संगत का हुक्म है जी पिंड वासियों का हुक्म आ जे पिंड माफ करूगा वधिया गल तो यही होंगी भी जे वह पिंड के जो पिंड ने उन्होंने सरपंची दी सी तो वह पिंड उस वासियों तो ही पिंड तो डरन लग गया दुख की गल उन्हां दे विच आउंदा विच आके कहिंदा भी मेरे तो गलती हो गई तो पिंड बख्शन योग हुंदा संगत बड़ी बख्शन योग हुंदी है बहुत वड्डियां वड्डियां गलतियां नूं माफ़ कर सकती है पर यह दुख की गल आ भी उहने पिंड च वासियों मूहरे आना भी नहीं चंगा समझे असी उहदा साथ नहीं देवांगे पिंड वासियां दे नाल असी पूर्ण समर्थन आ सानू पिंड नूं क्योंकि असी किसानां नाल आ पहला किसान आ फिर पिंड वासी। जे आपको हमारी ये वीडियो पसंद आई तो हमारे चैनल को लाइक शेयर और सब्सक्राइब करें ऐसी और अपडेट्स देखने के लिए बेल आइकॉन जरूर दबाएं।